ਬੜਾ ਧੰਨਵਾਦ ਕਰਦਾ ਯੂਥ ਦਾ ਜਿਹੜੀ ਬਾਹਰ ਬਹਿ ਕੇ ਵੀਡੀਓ ਦੇਖ ਦੇਖ ਕੇ ਪੰਜਾਬ ਬਚਾਉਣ 'ਚ ਕੋਈ ਕਸਰ ਨਹੀਂ ਛੱਡ ਰਹੀ। ਗੱਲ ਪਤਾ ਕੀ ਭਾਜੀ, ਇਸ ਦੁਨੀਆ 'ਚ ਨਾ ਬਹੁਤ ਦੁੱਖ ਨੇ, ਅਸੀਂ ਸਾਰੇ ਨਹੀਂ ਕੱਟ ਸਕਦੇ, ਪਰ ਅਸੀਂ ਸਾਰੇ ਰਲ ਕੇ ਨਾ ਕੁਛ ਦੁੱਖ ਤਾਂ ਜ਼ਰੂਰ ਕੱਟ ਸਕਦੇ ਹਾਂ। ਤੁਸੀਂ ਕੀ ਹੋ ਉਸ ਬੰਦੇ ਲਈ ਜਿਹਦੀ ਵਾਈਫ ਮਰ ਰਹੀ ਹੈ ਤਾਂ ਤੁਸੀਂ ਉਹਨੂੰ ਕੁਛ ਮਾਇਆ ਦੇਤੀ, ਉਹਦੇ ਲਈ ਤੁਸੀਂ ਰੱਬ ਹੀ ਹੋ। ਜਦੋਂ ਕੋਈ ਦੀਨ ਦੁਖੀ ਆਉਂਦਾ ਇਹੀ ਮਹਿਸੂਸ ਕਰੋ ਕਿ ਇਹਨਾਂ ਦੀ ਜਗ੍ਹਾ ਅਸੀਂ ਵੀ ਹੋ ਸਕਦੇ ਹਾਂ। ਦੇਖੋ ਪੂਰਾ ਪਰਿਵਾਰ ਜਨਮਦਿਨ ਮਨਾਉਣ ਆਇਆ ਹੋਇਆ ਆਪਣਾ, ਕਿੱਥੇ ਬੇਟਾ ਤੁਹਾਡਾ? ਬੇਟਾ ਮੇਰਾ ਯੂਕੇ ਗਿਆ ਥੋੜਾ ਚਿਰ, 1 ਮਹੀਨਾ ਇੱਧਰ ਦੇਣ ਵਾਸਤੇ, 500 ਪਰ 500 ਮੈਂ ਆਪਣੇ ਵੱਲੋਂ ਹੋਰ ਦੇ ਰਿਹਾ। ਵਾਹ ਜੀ ਵਾਹ, ਤੁਸੀਂ ਨਾਲ ਆਏ ਹੋ? ਇਹ ਮੇਰਾ ਭਤੀਜਾ ਜੀ। ਵਾਹ ਜੀ ਵਾਹ, ਦੇਖੋ ਦੇਖੋ, ਵਾਹ ਜੀ ਵਾਹ, ਤੁਸੀਂ ਸੁਣਿਆ ਇਹਨਾਂ ਦਾ ਦੁੱਖ? ਡਾਕਟਰ ਡਾਕਟਰ ਨੇ ਸਾਰੀਆਂ ਰੀਲਾਂ ਦੇਖਦਾ ਹੈਗਾ, ਯੂਕੇ ਗਿਆ ਹਜੇ ਥੋੜੀ ਦੇਰ ਹੋਈ ਹੈ, ਬਾਹਰ ਜਾਂਦੇ ਹੀ ਦੇਖੋ ਕਿਵੇਂ ਆਪਣੇ ਪੰਜਾਬ ਦਾ ਦਰਦ ਦੇਖ ਕੇ ਪੈਸੇ ਭੇਜਣ ਲੱਗ ਗਏ। ਸਲਾਮ ਕਰਦਾ ਮੈਂ, ਉਦੋਂ ਬਰਥਡੇ ਆ ਜਾਓ, ਆਪਾਂ ਕੇਕ ਵੀ ਕੱਟ ਲੈਂਦੇ। ਆਜੋ, ਉਹਨਾਂ ਦੇ ਨਾਲ ਰਿਕਵੈਸਟ ਵੀ ਕੀਤੀ ਸੀ ਕਿ ਡੈਡੀ ਜੀ ਇੱਕ ਜ਼ਰੂਰ ਕਰਿਓ, ਆਪਾਂ ਦੁਨੀਆਂ ਨੂੰ ਨਹੀਂ ਦਿਖਾਉਣ ਜਾਣਾ, ਬਸ ਜੋ ਕਰਨਾ ਭਾਜੀ ਨੂੰ ਕਿਹਾ ਵੀ ਇੱਦਾਂ ਕਰਾ ਦਿਓ ਬਾਹਰੋਂ। ਪਰ ਜੇ ਦੁਨੀਆਂ ਨੂੰ ਦਿਖਾਵਾਂਗੇ ਨਹੀਂ ਤਾਂ ਦੁਨੀਆਂ ਸਿੱਖੇਗੀ ਕਿਵੇਂ? ਹੁਣ ਤੁਸੀਂ ਵੀ ਤਾਂ ਸਪੈਸ਼ਲ, ਫਿਰ ਮੈਂ ਕਿਹਾ ਤੇਰਾ ਕਾਕਾ ਮੈਂ ਕੇਕ ਹੀ ਉਹਨਾਂ ਦੇ ਹੱਥੋਂ ਕਟਾ। ਆਜੋ 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 ਆਜੋ, ਵਾਹ ਜੀ ਵਾਹ। ਸੌਰੀ, ਅਸੀਂ ਨਾਈਫ ਭੁੱਲ ਗਏ। ਅੱਛਾ ਅੱਛਾ, ਨਹੀਂ ਨਹੀਂ ਮੈਂ ਦੇ ਦੇਣਾ ਬੇਟਾ, ਚਾਕੂ ਦਿਓ ਦਰਸ਼ਨ ਕਰਨ ਵਾਸਤੇ। ਅਰੇ ਨਹੀਂ ਨਹੀਂ ਸਰ, ਇੱਦਾਂ ਨਾ ਕਹੋ, ਤੁਹਾਡੇ ਮਹਾਂਪੁਰਖਾਂ ਦੇ ਦਰਸ਼ਨਾਂ ਨਾਲ ਤੁਸੀਂ ਦੇਖੋ, ਤੁਸੀਂ ਦਰਸ਼ਨ ਕਰਨ ਆਏ ਹੋ ਤੇ ਉਹਨਾਂ ਦੀ ਵਾਈਫ ਦੀ ਜਾਨ ਬਚ ਜਾਏਗੀ, ਇਹ ਬਹੁਤ ਵੱਡੀ ਗੱਲ। ਸਪੂਨ ਨਾ ਕੱਟ ਲੈਂਦੇ ਆਪਾਂ, ਲਓ ਭੈਣੇ ਆ ਫੜੋ, ਆਪਾਂ ਇਕੱਠੇ ਆਜੋ, ਅੰਕਲ ਆਜੋ, ਤੁਹਾਡਾ ਬੇਟਾ ਬੜਾ ਲਾਇਕ ਪੁੱਤਰ ਹੈ ਜੀ, ਆਜੋ ਜੀ, ਕੱਟੋ ਜੀ, ਚਲੋ ਭਾਜੀ ਸਚਿਨ ਭਾਜੀ ਅੱਗੇ ਆਜੋ। ਸੂਰਜ ਤੋਂ ਗੁਰੂ ਜੀ ਲਿਖੋ ਗਿਆ, ਸੂਰਜ ਆ ਦੇਖ ਲਓ, ਗੁਰੂ ਜੀ ਲਿਖੋ ਗਿਆ, ਇਹ ਗੁਰੂਆਂ ਵਾਲੇ ਕੰਮ ਹੀ ਨੇ ਜੀ। ਗੁਰੂ ਇਕੱਲੇ ਨਾਮ ਦੇ ਗੁਰੂ ਨਹੀਂ ਹੁੰਦੇ, ਗੁਰੂ ਬੰਦਾ ਉਹੀ ਹੁੰਦਾ ਜਿਹੜਾ ਕਿਸੇ ਦੁਖੀ ਨੂੰ ਦੇਖ ਕੇ ਉਹਦੇ ਅੰਦਰ ਦਇਆ ਜਾਗ ਕੇ ਕਿਸੇ ਦੀ ਮਦਦ ਕਰ ਲਵੇ। ਆਜੋ ਬੇਟਾ, ਆਜੋ ਜੀ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ। ਕੀ ਨਾਮ ਹੈ? ਸੂਰਜ। ਸੂਰਜ, ਲੈ ਵੀ ਸੂਰਜ ਭਰਾ, ਜਨਮਦਿਨ ਮਨਾਓ ਤਾਂ ਐਸਾ ਮਨਾਓ ਕਿ ਚਾਰ ਬੰਦਿਆਂ ਦੀ ਮਦਦ ਵੀ ਕਰੋ। ਲਓ ਜੀ, ਇਹ ਸੂਰਜ ਨੂੰ ਲੱਗ ਜਾਏਗਾ, ਮੂੰਹ ਮਿੱਠਾ ਹੋ ਜਾਏਗਾ ਸੂਰਜ ਨੂੰ, ਸਿੱਧਾ ਉੱਥੇ ਬਹਿ ਕੇ ਯੂਕੇ ਤੋਂ। ਧੰਨਵਾਦ ਜੀ, ਬਹੁਤ ਧੰਨਵਾਦ ਜੀ, ਤੁਹਾਡਾ ਬਹੁਤ ਵਧੀਆ। ਬਾਕੀ ਦੇਖੋ ਹੈ ਨਹੀਂ ਇੰਨੇ ਜੋਗੀ ਅਸੀਂ ਵੀ, ਇਹ ਬੜਪਨ ਹੈ ਤੁਹਾਡਾ, ਸਾਨੂੰ ਹੁਣ ਤੁਹਾਡੀ ਅਗਲੀ ਪੀੜ੍ਹੀ ਤੋਂ ਪਤਾ ਲੱਗਾ ਸੀ ਵੀ ਜਗ੍ਹਾ ਮਿਲੀ ਹੈਗੀ ਆ, ਕੋਸ਼ਿਸ਼ ਕਰਾਂਗੇ। ਅਸੀਂ ਸਾਰੇ ਨਹੀਂ ਕੱਟ ਸਕਦੇ, ਪਰ ਅਸੀਂ ਸਾਰੇ ਰਲ ਕੇ ਨਾ ਕੁਛ ਦੁੱਖ ਤਾਂ ਜ਼ਰੂਰ ਕੱਟ ਸਕਦੇ ਹਾਂ। ਔਰ ਅਸੀਂ ਵੀ ਉਹਨਾਂ ਦੇ ਆਸਾਨ ਨਹੀਂ ਕਰਨਾ, ਅਸੀਂ ਆਪਣੇ ਕਰਮ ਚੰਗੇ ਕਰਨੇ ਨੇ। ਅੱਜ ਜਿਹੜੀ ਹੋ ਸਕਦਾ ਕੁਰਸੀ ਤੇ ਇਹ ਬੈਠੇ ਨੇ, ਕੱਲ ਨੂੰ ਮਹਾਰਾਜ ਕੋਈ ਐਸੀ ਵਿਰਤੀ ਚਲਾ ਦੇਣ ਕਿ ਸਾਨੂੰ ਇਹਨਾਂ ਦੀ ਜਗ੍ਹਾ ਬਹਿਣਾ ਪਊ, ਅਸੀਂ ਉਹਦਾ ਕੀ ਕਰ ਲਾਂਗੇ? ਉਹ ਰੱਬ ਹੈ, ਉਹ ਰੱਬ ਹੈ, ਰੱਬ ਨੂੰ ਚੈਲੰਜ ਨਾ ਹੀ ਕਰੀਏ ਪਤਾ ਵਧੀਆ। ਭਾਜੀ ਮੈਂ ਦੱਸਣ ਲੱਗਾ, ਮੈਂ ਅੱਜ ਤੋਂ ਕਰੋਨਾ ਦੌਰ ਦੇ ਵਿੱਚ, ਕਹਿਣਾ ਨਹੀਂ ਅਸੀਂ ਚਾਹੁੰਦੇ, ਮੈਂ ਇੱਦਾਂ ਦੀ ਸਿਚੁਏਸ਼ਨ ਤੋਂ ਲੰਘਿਆ ਹਾਂ, ਸ਼ਾਇਦ ਕਹਿ ਸਕਦੇ ਕਿ ਮੈਂ 1 ਸਾਲ ਦੇ ਵਿੱਚ ਕੋਈ ਲੱਖਾਂ ਰੁਪਈਆ ਗਵਾ ਲਿਆ, 30-35 ਲੱਖ ਰੁਪਇਆ। ਵਾਹਿਗੁਰੂ ਵਾਹਿਗੁਰੂ, ਬਹੁਤ ਵੱਡੀ। ਔਰ ਜੇ ਮਾਲਕ ਨੇ ਸੈੱਟ ਕਰਨ ਲੱਗਾ ਤਾਂ ਅਗਲੇ ਸਾਲ ਦੇ ਵਿੱਚ ਬੇਟੀ ਅਮਰੀਕਾ, 1 ਮਹੀਨੇ 'ਚ 3 ਬੱਚੇ ਬਾਹਰ। ਵਾਹ ਜੀ ਵਾਹ, 3 ਬੱਚੇ ਵਾਹ ਜੀ ਅਮਰੀਕਾ, ਵਾਹ ਜੀ ਵਾਹ, ਬੇਟੀ ਬਹੁਤ। ਮੈਂ ਬੜਾ ਧੰਨਵਾਦ ਕਰਦਾ ਯੂਥ ਦਾ ਜਿਹੜੀ ਬਾਹਰ ਬਹਿ ਕੇ ਵੀਡੀਓ ਦੇਖ ਦੇਖ ਕੇ ਪੰਜਾਬ ਬਚਾਉਣ 'ਚ ਕੋਈ ਕਸਰ ਨਹੀਂ ਛੱਡ ਰਹੀ, ਅਤੇ ਬਹੁਤ ਤੁਹਾਨੂੰ ਖੁਸ਼ੀਆਂ। ਦੇਖੋ ਜਿਹੜੀ ਸੇਵਾ ਹੈ ਨਾ ਇਹ, ਕਈ ਵਾਰ ਮੈਂ ਕਹਿ ਦਿੰਦਾ, ਮਾਫੀ ਚਾਹੁੰਦਾ, ਮੈਂ ਬੋਲ ਰਿਹਾ, ਡੋਨਰ ਨੂੰ ਵੀ ਨਹੀਂ ਪਤਾ ਹੁੰਦਾ ਆ ਜਿਹੜੀ ਮਾਇਆ ਦੇ ਕੇ ਕਿੱਡਾ ਵੱਡਾ ਕਾਰਜ ਕਰ ਰਹੇ ਨੇ, ਕਿੱਡੀ ਵੱਡੀ ਸੇਵਾ ਹੈ। ਕਿਸੇ ਦਾ ਬੱਚਾ ਜਾਂ ਵਾਈਫ ਮਰ ਰਹੀ ਹੋਵੇ ਬਿਨਾਂ ਪੈਸਿਆਂ ਤੋਂ, ਆਪਾਂ ਆਪਣੀ ਗੱਲ ਲਾ ਲਈਏ, ਤੁਹਾਡੇ ਬੱਚੇ ਬਾਹਰ ਗਏ ਸੀ, ਸਾਰੇ ਪਰਿਵਾਰ ਵਾਲੇ ਖੜ੍ਹੇ ਹਾਂ, ਅੱਜ ਸਾਡੇ ਬੱਚਾ ਕੋਈ ਬਿਮਾਰ ਹੋ ਜਾਵੇ, ਸਾਡੇ ਕੋਲ ਦਵਾਈ ਜੋਗੇ ਪੈਸੇ ਨਾ ਹੋਣ, ਅਤੇ ਕੋਈ ਉਹਨੂੰ ਦਵਾਈ ਦਵਾ ਦੇਵੇ,
ਤੁਹਾਡੇ ਲਈ ਉਹ ਕੋਈ ਕੀ ਹੈ, ਰੱਬ ਹੈ ਨਾ। ਬਿਲਕੁਲ ਬਿਲਕੁਲ। ਤਾਂ ਉਵੇਂ ਹੀ ਤੁਸੀਂ ਕੀ ਹੋ ਉਸ ਬੰਦੇ ਲਈ ਜਿਹਦੀ ਵਾਈਫ ਮਾਰ ਰਹੀ ਹੈ, ਤਾਂ ਤੁਸੀਂ ਉਹਨੂੰ ਕੁਛ ਮਾਇਆ ਦੇ ਤੀ, ਉਹਦੇ ਲਈ ਤੁਸੀਂ ਰੱਬ ਹੀ ਹੋ। ਕਿੰਨੀਆਂ ਦੁਆਵਾਂ ਇੰਦਾ ਹੋਊਗਾ, ਉਹਦੇ ਢਿੱਡੋਂ ਕਿੰਨੀਆਂ ਦੁਆਵਾਂ ਨਿਕਲਣਗੀਆਂ, ਇੱਥੋਂ ਹਿਸਾਬ ਲਾ ਲਓ ਜਿੰਨੀਆਂ ਤੁਹਾਡੇ ਨਿਕਲਣਗੀਆਂ ਜਦੋਂ ਤੁਹਾਡੇ ਬੱਚੇ ਨੂੰ ਕੋਈ ਦਵਾਈ ਲੈ ਕੇ ਦੇਗਾ। ਗੱਲ ਖਤਮ। ਮੈਂ ਹੋਰ ਕੋਈ ਐਗਜ਼ਾਮਪਲ ਹੀ ਨਹੀਂ ਦਿੰਦਾ। ਮੈਂ ਇੰਨੀ ਗੱਲ ਕਹਿੰਦਾ, ਤੁਹਾਡੇ ਬੱਚਿਆਂ ਨੂੰ ਜੇ ਕੋਈ ਦੁੱਖ ਹੁੰਦਾ, ਮਾਂ ਬਾਪ ਰੋਣ ਲੱਗ ਜਾਂਦੇ ਨੇ, ਦੁੱਖ ਹੁੰਦਾ, ਪਰ ਉਹਨਾਂ ਬੱਚਿਆਂ ਨੂੰ ਜੇ ਕੋਈ ਸੁੱਖ ਦਿੰਦਾ ਤਾਂ ਮਾਂ ਬਾਪ ਕਿੱਦਾਂ ਖਿਲ ਜਾਂਦੇ ਨੇ, ਕਿੱਦਾਂ ਉਹਨਾਂ ਦਾ ਹਿਰਦੇ ਠੰਡਾ ਹੋ ਜਾਂਦਾ। ਉਵੇਂ ਹੀ ਬਸ ਇਹ ਹਾਲਾਤ ਨੇ, ਜਦੋਂ ਕੋਈ ਦੀਨ ਦੁਖੀ ਆਉਂਦਾ ਇਹੀ ਮਹਿਸੂਸ ਕਰੋ ਕਿ ਇਹਨਾਂ ਦੀ ਜਗ੍ਹਾ ਅਸੀਂ ਵੀ ਹੋ ਸਕਦੇ ਹਾਂ, ਇਹਨਾਂ ਦੀ ਮਦਦ ਸਾਨੂੰ ਕਰਨੀ ਚਾਹੀਦੀ ਹੈ। ਤਾਂ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਤੁਹਾਡੇ ਬੱਚਿਆਂ ਦਾ ਕਿ ਉਹਨਾਂ ਦੀ ਐਸੀ ਚੰਗੀ ਸੋਚ ਹੈ, ਤੁਸੀਂ ਕੇਕ ਵੀ ਇੱਥੇ ਕੱਟਿਆ ਅਤੇ ਸੇਵਾ ਵੀ ਇੱਥੇ ਕਰਨਾ ਹੈ। ਬਹੁਤ ਬਹੁਤ ਧੰਨਵਾਦ, ਬਹੁਤ ਧੰਨਵਾਦ।